ਇੱਕ ਤਾਂ ਰਾਜਨੀਤੀ ਮੁੱਦਾ ਬਣਾ ਕੇ ਸਿੱਧਾ ਹੌਸਲੇਵਲ ਪਹੁੰਚ ਗਿਆ ਜहां पे ਮੰਤਰੀ ਬੈਠਿਆ ਕਰ ਉਹਨਾਂ ਦੇ ਬਰਾਬਰ ਮੈਂ ਔਰ ਇੱਕ ਗਰੀਬ ਘਰ ਦਾ ਬਾਲਕ ਮਿਹਨਤ ਕਰਕੇ ਵहां ਜਾ ਨਹੀਂ ਸਕਿਆ ਇਹ ਦੋ ਸੀ ਠਹਿਰਾਵੇ ਹੈ ਬਰਜ਼ ਬੂਸਣ ਨੇ ਅਰੇ ਸਰੀਮਾਨ ਉਸ ਬਰਜ਼ ਬੂਸਣ ਅਗੇ ਤੂੰ ਪੈਰਾਂ ਦਾ ਹੱਥ ਲਾ ਆ ਕਰਦਾ ਅੱਜ ਉਹ ਬਰਜ਼ ਬੂਸਣ ਤੇਰੇ ਲਈ ਅਪਰਾਧੀ ਹੋ ਗਿਆ ਉਹਦਾ ਅਗਮਾਤੀ ਤੋਂ ਕਿਸੇ ਦਾ ਆ ਰਿਆ ਨਹੀਂ ਹੂੰ ਨਹੀਂ ਆ ਰਿਆ ਤੋ ਆ ਜਾ ਭਾਈ ਪਲਵਾਨ ਸੇਸਾ ਕਾਮਤਰਾ ਵੇਟ ਕਰ ਰਿਹਾ ਹੈ ਤਰਾ ਪੂਰਾ ਮਾਨ ਸਮਾਨ ਕਰਾਂਗੇ ਕੋਈ ਦਿੱਕਤ ਨਹੀਂ 75 ਲੱਖ ਰੁਪਏ ਟੇਕ ਰੱਖੇ ਹੈ ਇੱਕ ਕੇ ਆਦਮੀ ਦਾ ਨਾਮ ਪੜਵਾ ਦੂੰਗਾ ਭਾਈ ਕਦੇ ਇਹ ਕਿਸੇ ਆਗ ਨੂੰ ਕੰਦਾ ਹੰਡ ਲਾਗ ਰਿਹਾ ਹੈ ਆ ਕੀ ਨਾਮ ਟੇਕਣ ਵਾਲੀ ਟੇਕਣ ਲਾਗ ਰਿਹਾ ਫਿਰ ਪਾਛਾ ਪਾ ਵੀ ਜਾਗੂ ਨਾ ਪਾਜੇਗੇ ਭਾਈ ਬਿਲਕੁਲ ਪਾਉਗੇ ਕਹਵਤੋ ਦਰਦਰਾ ਪਹਿਲੇ ਅਦਰਵਾਵਾ ਜ਼ਮੀਨ ਕੀ ਰਜਿਸਟਰੀ ਤੂੰ ਲੜਦਾ ਹੋ ਤਾ ਮੈਂ ਇਸ ਯਾਰ ਦੀ ਟ੍ਰਾਇਲ ਦੇ ਲਿਉ ਉਸਕੇ ਬਾਅਦ ਲੜੂਗਾ ਕਿਆ ਦਾ ਭਾਈ ਸਾਫ ਟਪੇ ਫਸਲ ਅਗੀਰਨਾ ਪੀਟਾਗਾ ਉਸ ਬਾਲਕ ਨੇ ਤਿਆਰੀ ਕਰਾ ਕੀਨੇ ਗੇ ਮਾ ਖੈਤਰ 15 ਸਾਲ ਉਸਕੇ ਘਰ ਕੇਨੇ ਕੇਕੇ ਗਨ ਕੁਆਰੇ ਗਿਆ ਉਸਤੀ ਪੁੱਛ ਕੇ ਦੇਖੋ ਤਮ ਤੋੜਾ ਬੈਠੇ ਬੈਠੇ ਬਾਤ ਮਾਰਦੇ ਹੋ ਬੜੀਆ ਸੋਫਾ ਬੈਠ ਕੇ ਵੀਡੀਓ ਬਣਾ ਰਿਹਾ ਤੂੰ ਕਿਤੇ ਫਲਤੂ ਬਣ ਰਿਹਾ ਔਰ ਉਹਨ ਕੀ ਜਿਤਨੀ ਬਾਰ ਵੀ ਲਾਈਵ ਆਇਆ ਹੈ ਨਾ ਮੈਂ ਜਿਤਨੀ ਬਾਰ ਵੀ ਕੋ ਮੀਡੀਆ ਵਾਲਾ ਗਿਆ ਹੈ ਘਰਾਂ ਪਛ ਟੁੱਟੜੇ ਕੋਠੜਾਂ ਹੁੰਦੀ ਖੈਂ ਤੇਰਾ ਦੁਰਾ 10 ਦਿਨ ਦਾ ਟਾਈਮ ਹੈ ਅਰ ਤਾਰਾ ਦੋਨੋਂ ਆਗਾ ਡੋਪ ਟੈਸਟ ਕਰਵਾਵਾਂਗੇ ਮਾਰਾ ਮਾਰਾ ਗਾਨੀ ਤੇਰਾ ਵੀ ਗੋਲਾਈ ਹੋਣ ਦਾ ਪਹਿਲਾਂ ਅਰ ਕੰਡੀਸ਼ਨ ਮਾਰੀ ਵੀ ਹੈ ਭਾਈ ਸਸਾ ਕਾਮੀ ਨਾਮ ਟੇਕ ਰਹਾ ਅਰ ਭਾਈ ਚਰਾਈ ਨਾਮ ਟੇਕ ਰਹਾ ਤੂੰ ਦੰਗਲ ਔਰ ਯਾ ਕੁਸ਼ਤੀ ਸਸਾ ਮੇ ਹੋਗਾ ਨਾ ਮਾਰਾ ਮੁੱਖੀ ਤੀਥੀ ਵੀ ਤੂਏ ਹੈ ਆਮ ਨਹੀਂ ਬੁਲਾਉਂਦੇ ਕਿਸੇ ਨਾ ਵੀ ਬਿਲਾ ਮਤ ਚੁੱਪ ਬੈਠਿਆ ਔਰ ਰਿਪਲਾਈ ਨਾ ਦਿੰਦਾ ਤੇਰੀ ਚੁੱਪ ਆਮ ਨੇ ਚੁੱਪੇ ਦਾ ਨਾ ਚੰਦੀ ਤੂੰ ਬੋਲ ਪਲ ਵਣੇ ਬੋਲ ਤੇਰੀ ਬਾਤਾਂ ਜਵਾਬ ਦੇਵਾਂਗੇ ਤੇਰੀ ਬਾਤਾਂ ਕਾ ਵੀ ਤੇਰਾ ਜੋ ਮਨ ਮਹਿ ਖਾਇਜ ਉਸ ਚੀਜ਼ ਦਾ ਵੀ ਆਗਰ ਯੋ ਗਾਮੀ ਇੱਜ਼ਤ ਕਰਨ ਜਾਣਾ ਦਿਓ ਗਾਮੀ ਇੱਜ਼ਤ ਤਾਰਨ ਵੀ ਜਾਣਾ